ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਮੇਰਾ ਨਾਮ ਗੁਰਬਚਨ ਸਿੰਘ ਹੈਗਾ, ਬਾਪ ਦਾ ਦਰਸ਼ਨ ਸਿੰਘ ਆ, ਪਿੰਡ ਪਟੋਰੀ ਸੁੱਖਾ ਸਿੰਘ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ। ਮਹਾਰਾਜ ਜੀ ਅੱਗੇ ਹੱਥਾਂ ਨੂੰ ਫੜੇ, ਬੀਕਾਨੇਰ 'ਚ ਵੀ 10 ਸਾਲ ਕੱਟ ਕੇ ਆਏ ਹਾਂ ਜੇਲ੍ਹ। ਬੜੇ ਔਖੇ ਦਿਨ ਕੱਟੇ ਪਾਤਸ਼ਾਹ, ਜਦੋਂ ਨਿਕਲੇ ਬੱਚੇ ਉੱਛੜ ਕੇ ਚਲੀ ਗਏ, ਮਗਰੋਂ ਰੋਟੀ ਖੁਆਉਣਾ ਕੋਈ ਨਹੀਂ ਰਹਿੰਦਾ। ਬਹੁਤ ਮੰਦਾ ਹਾਲ ਹੋਇਆ ਜੀ, ਉੱਥੋਂ ਛੁੱਟ ਕੇ ਆਏ ਹਾਂ, ਥੋੜ੍ਹੇ ਬਹੁਤਾ ਕੱਟ ਕੇ, ਕੋਈ ਨਹੀਂ ਸਾਡੀ ਬਾਂਹ ਫੜੀ ਅਤੇ ਆਪਣਾ ਹੁਣ ਛੁੱਟ ਕੇ ਗਏ। ਫਿਰ ਇਹਨਾਂ ਫੜ ਕੇ ਪੰਜਾਬ ਦਿੱਲੀ ਪੁਲਿਸ ਨੇ ਫਿਰ ਸਾਡੇ ਕੇਸ ਪਾ ਦਿੱਤੇ। 10 ਸਾਲ ਫਿਰ ਉੱਥੋਂ ਕੱਟ ਕੇ ਆਏ ਹਾਂ, ਬਹੁਤ ਔਖੇ ਦਿਨ ਕੱਟੇ ਨੇ। ਬੱਚੇ ਮਗਰੋਂ ਰੋਲ ਗਏ, ਮਗਰੋਂ ਆਪੇ ਉਹਨਾਂ ਵਿਆਹ ਕਰਾਏ ਨੇ, ਪਤਾ ਕਿੱਦਾਂ ਹੋਏ ਨੇ ਕਿੱਦਾਂ ਨਹੀਂ, ਅਸੀਂ ਉਹਦੇ ਗੇ ਹਾਜ਼ਰੀਆਂ, ਮਗਰ ਪੋਤਰੀ ਪੋਤਰੀ ਹੋ ਗਏ ਹਨ। ਮਹਾਰਾਜ ਜੀ ਆਪਣਾ ਬਲਵੀਰ ਸਿੰਘ ਉਹਨਾਂ ਦਾ ਆਪਣਾ ਸਿੱਖ ਸਿੱਖ ਲੀਕ ਉਹਨਾਂ ਦਾ ਧੰਨਵਾਦ ਆ, ਜਿਨ੍ਹਾਂ ਨੇ ਸਾਰਿਆਂ ਰਲ ਕੇ ਬਾਂਹ ਫੜ ਕੇ ਅਤੇ ਸਾਡੀ ਮਦਦ ਕੀਤੀ ਆ। ਅਸੀਂ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਹਾਂ। ਹੁਣ ਘਰ ਬੈਠੇ ਹਾਂ ਬੱਚਿਆਂ 'ਚ, ਅਤੇ ਤਾਂ ਵੀ ਅਜੇ ਸਾਨੂੰ ਪੁਲਿਸ ਬਹੁਤ ਤੰਗ ਕਰਦੀ ਆ, ਸੀ ਆਰ ਡੀ ਵਾਲੇ ਜਿਹੜੇ ਨੇ ਅਜੇ ਵੀ ਨਹੀਂ ਛੱਡਦੇ। ਮਹਾਰਾਜ ਜੀ ਸਾਡੀ ਅਰਜ਼ ਇਹ ਆ ਆਪਣੇ ਸਰਦਾਰ ਬਲਵੀਰ ਸਿੰਘ ਦੀ, ਮਤ ਕਰੋ, ਜਿੰਨੇ ਵੀ ਇੱਥੇ ਸਿੱਖ ਹੈਗੇ ਆ, ਜਿੰਨੇ ਵੀ ਹੋ ਸਕਦੇ ਜਿੰਨੀ ਕਰੋ, ਇਹ ਸਾਡੀ ਸੇਵਾ ਚੜ੍ਹ ਮੜ ਕੇ ਕਰਨ। ਜਿਹੜੇ ਬੰਦੇ ਜੇਲ੍ਹਾਂ 'ਚ ਉਹਨਾਂ ਦੀ ਸੇਵਾ ਕਰਦੇ ਆ, ਜੇ ਘਰ ਆ ਗਏ ਨੇ ਉਹਨਾਂ ਦੀ ਸੇਵਾ ਕਰੇ ਆ। ਇਹ ਮਹਾਰਾਜ ਜੀ ਤੁਹਾਡਾ ਬਹੁਤ ਧੰਨਵਾਦ ਆ, ਜਿਹੜਾ ਇਹਦੀ ਬਾਂਹ ਫੜ ਕੇ ਨਾਚ ਜੋੜ ਕੇ ਅਤੇ ਸਾਡੀ ਬਾਂਹ ਆਣ ਕੇ ਫੜ ਲੱਗੇ ਮਾੜੀ ਮੋਟੀ, ਅਸੀਂ ਤਾਂ ਰੋਲੀ ਗਏ ਸਾਰੀ ਉਮਰ ਹੀ ਬਾਹਰੀ। ਅਸੀਂ ਸੰਗਤ ਅਪੀਲ ਕਰਦੇ ਹਾਂ ਮਹਾਰਾਜ ਬਲਵੀਰ ਸਿੰਘ ਨੂੰ ਅੱਗੇ, ਜਿੱਦਾਂ ਤੂੰ ਅੱਗੇ ਮਦਦ ਕੀਤੀ ਆ, ਹੁਣ ਚੜ੍ਹ ਵੱਧ ਕੇ ਕਰੋ। ਜਿਹੜੇ ਪਰਿਵਾਰ ਜਿਹੜੇ ਲੋਕਾਂ ਜੇਲ੍ਹਾਂ 'ਚ ਬੰਦੇ ਨੇ, ਉਹਨਾਂ ਚੜ੍ਹ ਵੱਧ ਕੇ ਸੇਵਾ ਕਰਨ। ਸਭ ਤੋਂ ਵੱਡੀ ਗੱਲ ਇਹ ਆ ਵੀ ਕਿਸੇ ਬਾਂਹ ਨਹੀਂ ਫੜੀ, ਇਹਨੇ ਜਾ ਕੇ ਤੁਹਾਨੂੰ ਨਾਲ ਜੋੜ ਕੇ ਪਤਾ ਕਿਵੇਂ ਕੀਤਾ ਕਿੱਦਾਂ ਨਹੀਂ ਸੰਗਤ ਦਾ, ਸਾਰੇ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਆਣ ਕੇ ਸਾਡੀ ਬਾਂਹ ਫੜੀ ਆ। ਇਸੇ ਤਰ੍ਹਾਂ ਜਿੱਦਾਂ ਬਲਵੀਰ ਸਿੰਘ ਬੈਂਸ ਦੇ ਨਾਲ ਰੱਖ ਕੇ ਇਹਨਾਂ ਬਾਂਹ ਫੜੋ, ਜਿਵੇਂ ਮਤ ਹੁੰਦੀ ਜੇ ਇਹ ਬੱਚਿਆਂ ਨੂੰ ਇੱਥੇ ਦਾ ਜਿਹੜੇ ਜੇਲ੍ਹਾਂ 'ਚ ਬੰਦੇ ਨੇ ਉਹਨਾਂ ਬੱਚਿਆਂ ਪੜ੍ਹਾ ਵੀ ਰਹੇ ਨੇ, ਉਹਨਾਂ ਦੇ ਘਰਾਂ ਦੇ ਖਰਚੇ ਮਾੜੇ ਮੋਟੇ ਦੇ ਰਹੇ ਨੇ, ਜਿਵੇਂ ਹੋ ਰਹੀ ਆ ਸਕੂਲਾਂ ਦੇ ਡਾਕਟਰਾਂ ਦਾ ਇਲਾਜ ਵੀ ਕਰਾ ਰਹੀ ਆ, ਕਿ ਪੈਸੇ ਹੋਣਗੇ ਇਲਾਜ ਕਰਨ, ਡਾਕਟਰ ਉੱਦਾਂ ਬਹਿਣ ਹੀ ਦਿੰਦੇ ਲਾਗੇ। ਅਤੇ ਇੱਦਾਂ ਮਹਾਰਾਜ ਮਾਣ ਫੜ ਕੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਆ, ਕਰੋ ਬੱਚਿਆਂ ਨੂੰ ਪੜ੍ਹਾਉਂਦੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਬਲਵੀਰ ਦਾ, ਨਾਲ ਅਤੇ ਸੰਗਤ ਦਾ ਸਾਰੀ ਦਾ, ਰਲ ਮਿਲ ਕੇ ਇਹਦੀ ਬਾਂਹ ਫੜੋ, ਇਹਦੇ ਨਾਲ ਜੁੜੋ ਹੋਰ ਵੀ, ਅਤੇ ਸਾਡਾ ਵੀ ਬਾਂਹ ਫੜਨਗੇ ਹੌਲੀ ਹੌਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।